ਪੰਜਾਬ ਦੇ ਵਿੱਚ ਨਕਲੀ ਟਰੈਵਲ ਏਜੰਟਾਂ ਦੇ ਖਿਲਾਫ਼ ਛੇੜੀ ਮੁਹਿੰਮ ਦੇ ਤਹਿਤ ਅੱਜ ਖਰੜ ਪੁਲਿਸ ਨੇ ਗੇਟਵੇ ਡ੍ਰੀਮ ਇਮੀਗ੍ਰੇਸ਼ਨ ਦੇ ਦਫ਼ਤਰ 'ਚ ਛਾਪਾ ਮਾਰ ਕੇ ਦੋ ਇਮੀਗ੍ਰੇਸ਼ਨ ਮਾਲਕਾਂ ਨੂੰ ਕਾਬੂ ਕੀਤਾ ਹੈ। ਇਹ ਖੁਲਾਸਾ ਖਰੜ ਦੇ DSP ਪਾਲ ਸਿੰਘ ਨੇ ਅੱਜ ਆਪਣੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਉਹਨਾਂ ਇਸ ਕੇਸ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ SBI ਬੈਂਕ ਮੰਡੀ ਖਰੜ ਨੇੜੇ ਗੇਟਵੇ ਡ੍ਰੀਮ ਦੇ ਨਾਮ ਤੇ ਇਮੀਗ੍ਰੇਸ਼ਨ ਵਾਲੇ ਭੋਲੇ ਭਾਲੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਿਆਂ ਦੀ ਠੱਗੀ ਮਾਰ ਰਹੇ ਨੇ ਤੇ ਨਾ ਹੀ ਉਹਨਾਂ ਕੋਲ ਇਮੀਗ੍ਰੇਸ਼ਨ ਸੰਬੰਧੀ ਸਰਕਾਰ ਤੋਂ ਕੋਈ ਮਾਨਤਾ ਪ੍ਰਾਪਤ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਉਹਨਾਂ ਤੋਂ ਇੱਥੇ ਛਾਪੇਮਾਰੀ ਕੀਤੀ ਗਈ ਉਹਨਾਂ ਕੋਲ ਕੋਈ ਮਾਨਤਾ ਪ੍ਰਾਪਤ ਲਾਇਸੈਂਸ ਨਾ ਮਿਲਣ ਤੇ ਮੌਕੇ ਤੇ ਮੌਜੂਦ ਸ਼ਮਿੰਦਰ ਸਿੰਘ ਤੇ ਸੁਮਿਤ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲ 36 ਦੇ ਕਰੀਬ ਨੌਜਵਾਨਾਂ ਦੇ ਪਾਸਪੋਰਟ ਬਰਾਮਦ ਕੀਤੇ। ਉਹਨਾਂ ਦੱਸਿਆ ਕਿ ਇਹਨਾਂ ਦੇ ਦੋ ਸਾਥੀ ਅਜੇ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ। ਮਾਨਵ ਸ਼੍ਰੀ ਕੁਲਦੀਪ ਸਿੰਘ ਜੀ ਚਾਹਲ IPS SSP ਸਾਹਿਬ SAS ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਇੱਕ ਜਾਅਲੀ ਟਰੈਵਲ ਏਜੰਟਾਂ ਦੇ ਖਿਲਾਫ਼ ਇੱਕ ਅਭਿਆਨ ਚਲਾਇਆ, ਜਿਹੜੇ ਆਮ ਭੋਲੇ ਭਾਲੇ ਬੱਚਿਆਂ ਨੂੰ ਫਸਲਾ ਕੇ ਜਿਹੜੇ ਆ ਠੱਗਦੇ ਆ, ਅਤੇ ਇਸੇ ਦੇ ਤਹਿਤ ਅਸੀਂ ਇੱਕ ਸੀਕਰਟ ਇਨਫੋਰਮੇਸ਼ਨ ਦੇ ਇੱਥੇ ਗੈਟਵੇ ਡ੍ਰੀਮ ਇਮੀਗ੍ਰੇਸ਼ਨ ਮੰਡੀਖਾਲ ਇੱਥੇ ਇੱਕ ਛਾਪੇਮਾਰੀ ਕੀਤੀ ਹੈ, ਜਿਹਦੇ ਵਿੱਚ ਅਸੀਂ 36 ਪਾਸਪੋਰਟ ਮੌਕਾ ਤੋਂ ਬਰਾਮਦ ਕੀਤੇ ਹੈ ਅਤੇ ਉਹਨਾਂ ਦੇ ਜਿਹੜੇ ਮਾਲਕ ਹੈ ਅਜੇ ਅਤੇ ਗੁਰਵਿੰਦਰ ਹੈ ਅਤੇ ਇੱਕ ਮੌਕੇ ਤੋਂ ਜਿਹੜੇ ਉਹਨਾਂ ਦੇ ਪਾਰਟਨਰ ਸੀਗੇ ਸ਼ਮਿੰਦਰ ਪੁੱਤਰ ਨਛੱਤਰ ਸਿੰਘ ਵਾਸੀ ਮੋਗਾ, ਸਮੀਤਪਾਲ ਪੁੱਤਰ ਸਰਜੀਤ ਵਾਸੀ ਚੰਡੀਗੜ੍ਹ, ਜੋ ਗੈਟਵੇ ਡ੍ਰੀਮ ਇਮੀਗ੍ਰੇਸ਼ਨ ਦੇ ਨਾਂ 'ਤੇ ਵੀਜ਼ਾ ਸਰਵਿਸ ਦੇ ਕੰਮ ਕਰ ਰਹੇ ਸੀ ਇਹ ਮੁੰਡੀਖੜ੍ਹ। ਇਹਨਾਂ ਨੂੰ ਮੌਕੇ ਤੋਂ ਅਰੈਸਟ ਕਰ ਲਿਆ ਅਤੇ ਬਾਕੀ ਅਜੇ ਤਾਂ ਜਿਹੜਾ ਗੁਰਵਿੰਦਰ ਹੈ ਭਰਾ ਅਤੇ ਇਹਦੇ ਅਸੀਂ ਇੱਕ ਮੁਕੱਦਮਾ ਦਰਜ ਕਰਿਆ ਇਹਦੇ ਖਿਲਾਫ਼, ਮੁਕੱਦਮਾ ਨੰਬਰ 72, ਮਿਤੀ ਹੈਗੀ ਹੈ 3/3/2020, ਅੰਡਰ ਸੈਕਸ਼ਨ 420-120 IPC ਅਤੇ 24 ਇਮੀਗ੍ਰੇਸ਼ਨ ਐਕਟ, ਥਾਣਾ ਸਿਟੀ ਖਰੜ। ਅਤੇ ਇਹਦੇ ਵਿੱਚ ਜਿਹੜੇ ਕੋਈ ਹੋਰ ਵੀ ਹੈ, ਆਪਾਂ ਤਫਤੀਸ਼ ਦੇ ਦੌਰਾਨ ਕੋਈ ਹੋਰ ਵੀ ਜਿਹੜਾ ਇਹਦੇ ਵਿੱਚ ਮੁਰਜਮ ਹੋਇਆ ਉਹਨੂੰ ਨਾਮਜ਼ਦ ਕਰਕੇ ਉਹਦੇ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਕਰਾਂਗੇ, ਤਾਂ ਕਿ ਅੱਗੇ ਤੋਂ ਇਹ ਹੋਰ ਪਬਲਿਕ ਦੇ ਨਾਲ ਅਤੇ ਆਮ ਪਬਲਿਕ ਦੇ ਨਾਲ ਕੋਈ ਠੱਗੀਆਂ ਠੁੱਗੀਆਂ ਵਗੈਰਾ ਨਾ ਮਾਰ ਸਕਣ। ਇਹ ਜਿਹੜਾ ਹੈਗਾ ਸਾਡਾ ਅਭਿਆਨ ਜਿਹੜਾ ਹੈ ਜਾਅਲੀ ਟਰੈਵਲ ਏਜੰਟਾਂ ਦੇ ਖਿਲਾਫ਼ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਚੱਲਦਾ ਰਹੇਗਾ। ਸਰ, ਹੁਣ ਤੱਕ ਕਿੰਨੇ ਕੁ ਬੰਦਿਆਂ ਨਾਲ ਇਹ ਠੱਗੀ ਮਾਰ ਚੁੱਕੇ ਨੇ? ਇਹਨਾਂ ਨੇ ਤਾਂ ਠੱਗੀ ਤਾਂ ਸੈਂਕੜੇ ਲੋਕਾਂ ਨਾਲ ਮਾਰੀ ਆ, ਪਰ ਸਾਡੇ ਹਿਸਾਬ ਨਾਲ ਵੀ ਹੁਣ ਜਾਂ 36 ਪਾਸਪੋਰਟ ਬਰਾਮਦ ਕਰੇ ਆ ਕਿਸੇ ਤੋਂ, ਜਿੰਨੇ ਕਿ ਪੈਸੇ ਜਿੱਥੇ ਕਿ ਟਿਕਦਾ ਹੈਗਾ ਬੰਦਾ ਉੱਥੇ ਟਿਕਾ ਲੈਂਦੇ ਆ, ਕਿਸੇ ਤੋਂ 50,000, ਕਿਸੇ ਤੋਂ 1,00,000, 2,00,000, ਕਿਸੇ ਦੇ 10,00,000, ਇਸ ਤਰ੍ਹਾਂ ਪੈਸੇ ਲੈਂਦੇ ਹੈਗੇ। ਸਰ, ਹੁਣ ਕਿਹਦੀ ਕੰਪਲੇਂਟ ਆਈ ਜੀ, ਜਿਹਦੇ ਆਧਾਰ 'ਤੇ ਪਰਚਾ ਹੋਇਆ ਜੀ? ਇਹ ਕੋਈ ਸੀਕਰਟ ਇਨਫੋਰਮੇਸ਼ਨ ਸੀ ਸਾਨੂੰ, ਉਹਦੇ ਆਧਾਰ 'ਤੇ ਅਸੀਂ ਇਹ ਛਾਪੇਮਾਰੀ ਕਰੀ ਹੈ ਅਤੇ ਅਜੇ ਕੁਮਾਰ ਇੰਚਾਰਜ ਚੌਕੀ ਸਨੀ ਇਨਕਲੇਵ ਇਹਨਾਂ ਨੇ ਅਤੇ ਨਾਲ ਮੇਰੀ ਸੁਪਰਵੀਜ਼ਨ ਸੀ, ਅਸੀਂ ਉਹ ਮੌਕੇ 'ਤੇ ਜਿਹੜੇ ਆ ਫੜੇ ਆ ਬੰਦੇ, ਪਾਸਪੋਰਟ ਬਰਾਮਦ ਕਰੇ ਆ ਮੌਕੇ 'ਤੇ।
ਖਰੜ ਤੋਂ ਦੇਵਤ ਵਰਮਾ ਦੀ ਰਿਪੋਰਟ।